ਹੈਲੋ ਜੀ ਸਤਿ ਸ੍ਰੀ ਅਕਾਲ ਜੀ ਇਸ ਤਰੰਗ ਬਲੌਗਸ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਕਟਣ ਜਾ ਰਹੇ ਹਾਂ ਜੀ ਕਾਟਨ ਦਾ ਕੱਪੜਾ ਆਪਣੇ ਕੋਲੇ ਸਲਵਾਰ ਕਟਣ ਜਾ ਰਹੇ ਆਪਾਂ ਤੁਹਾਨੂੰ ਦੱਸ ਰਿਹਾ ਹਾਂ ਵੀ ਸਲਵਾਰ ਜਿਹੜੀ ਕਿਵੇਂ ਕੱਟੀ ਜਾਂਦੀ ਹੈ ਮੈਂ ਪਹਿਲਾਂ ਵੀ ਪਾਈ ਐ ਸਲਵਾਰ ਦੀ ਵੀਡੀਓ ਤੇ ਮੈਂ ਦੁਬਾਰਾ ਵੀ ਪਾਉਣੀ ਆ ਤੇ ਬੜਾ ਸੌਖਾ ਤਰੀਕਾ ਹੈ ਆਪਣਾ ਸੂਟ ਸੀਗਾ 5 ਮੀਟਰ ਦਾ ਇਹਦੇ ਵਿੱਚੋਂ ਆਪਾਂ ਕਮੀਜ਼ ਲਾ ਲਿਆ ਤੇ ਜਿਹੜਾ ਬਾਕੀ ਬਚਦਾ ਕੱਪੜਾ ਆਪਾਂ ਉਹ ਦੇਖਦੇ ਆਂ ਵੀ ਆਪਾਂ ਸਲਵਾਰ ਆ ਜਿਹੜੀ ਕਿਸ ਤਰ੍ਹਾਂ ਕੱਟਣੀ ਆ ਸਲਵਾਰ ਦਾ ਨਾਪ ਹੈਗਾ ਆਪਣਾ ਟੋਟਲ 33 ਇੰਚ ਹੈਗਾ ਆਪਾਂ ਉਹਦੇ ਵਿੱਚੋਂ ਜਿਹੜਾ ਹੈਗਾ 4 ਇੰਚ ਆਪਾਂ ਲਾਵਾਂਗੇ 벨ਟ ਤੇ ਬਾਕੀ ਰਹੇਗਾ 29 29 ਦੇ ਵਿੱਚ ਇੱਕ ਪਲੱਸ ਕਰਨਾ ਆਪਾਂ ਜਿਹੜਾ ਉੱਪਰ نیچے ਮਾਰਜਨ ਹੁੰਦਾ ਜਿਹੜਾ ਸਿਉਣਾ ਦੇ ਵਿੱਚ ਆਊਗਾ ਆਪਾਂ ਤੇ ਇੰਚ ਦੀ ਕਟਿੰਗ ਕਰਨੀ ਆ ਹੁਣ ਆਪਾਂ ਦੇਖਦੇ ਆ ਕਿੰਨੀ ਹੈਵੀ ਬਣਾਈ ਆ ਆਪਾਂ ਕਿੰਨਾ ਕਪੜਾ ਪਿੱਛੇ ਬਚਦਾ ਆ ਆਪਨੇ ਇਸ ਤਰ੍ਹਾਂ ਖੜਾ ਹੋ ਕੇ ਪੂਰੀ ਉਹਨੂੰ ਝਟਕ ਕੇ ਕੱਪੜੇ ਨੂੰ ਮਿੰਨ ਕੇ ਕਪੜਾ ਆਪਾਂ ਇਸ ਤਰ੍ਹਾਂ ਕਰਕੇ ਆਪਾਂ ਨੇ ਵਛਾ ਲੈਣਾ दोनों साइडों तो लेना लाइना आपने पैंती इंच कपड़ा लिया तीह इंच जी लेंथ हैगी सलवार की ते बाकी इंच आप एक्सट्रा मतलब हैवी रखनी है क्योंकि आप फुल आसन भी आप लै सकते जिथे अपने पांच इंच लिया एक्सट्रा लंबाई तो ਉਥੇ ਆਪਾਂ 10 ਵੀ ਲੈ ਸਕਦੇ ਆ ਬਟ ਉਹ ਸਲਵਾਰ ਜ਼ਿਆਦਾ ਹੈਵੀ ਹੋ ਜੂਗੀ ਇਸ ਕਰਕੇ ਮੈਂ ਨੋਰਮਲ ਸਲਵਾਰ ਰੱਖਣੀ ਹੈ ਨਾ ਜ਼ਿਆਦਾ ਹੈਵੀ ਤੇ ਨਾ ਜ਼ਿਆਦਾ ਫੌਲੀ ਇਸ ਕਰਕੇ ਜਿਹੜੀ ਸਲਵਾਰ ਆ ਉਹ ਪੂਰੀ ਲੈਂਥ ਪਲੱਸ 5 ਇੰਚ ਜਿਹੜੀ ਇਹਦੀ ਲੈਂਥ ਹੈ ਲਈ ਆ ਮੈਂ ਬਾਕੀ ਕਪੜਾ ਆਪਾਂ ਉਤਾਰ ਦਾਂਗੇ ਜਿਹੜੀ ਸਲਵਾਰ ਆ ਉਹ نیچے ਵਧੀਆ ਕੱਟੀ ਜਾਂਦੀ ਹੈ ਮੇਰੇ ਤੋਂ ਕਿਉਂਕਿ ਜਦੋਂ ਆਪਾਂ ਇੱਕ ਟੇਬਲ ਤੇ ਥੋੜੇ ਜਿਹੇ ਏਰੀਆ ਤੇ ਕੱਟਦੇ ਆ ਨਾ ਤਾਂ ਉਹ ਮਤਲਬ ਖੁੱਲਾ ਜਾਂ ਜਿਹੜੇ ਦੇਖਣ ਵਾਸਤੇ ਉਹ ਵਧੀਆ ਜਾਂ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਇਸ ਕਰਕੇ ਮੈਂ ਤੁਹਾਡੇ ਲਈ نیچے ਫਰਸ਼ ਤੇ ਹੀ ਕੱਟਿਆਗਾ ਤਾਂ ਕਿ ਚੰਗੀ ਤਰ੍ਹਾਂ ਤੁਹਾਨੂੰ ਸਮਝ ਪੈ ਜਾਵੇ ਇਸ ਚੀਜ਼ ਦੀ ਆਪਾਂ ਨੇ 30 ਇੰਚ ਕਪੜਾ ਰੱਖ ਕੇ ਬਾਕੀ ਜਿਹੜਾ ਕਪੜਾ ਆਪਾਂ ਉਤਾਰ ਦਾਂਗੇ ਜਿਹੜੀ ਪਹਿਲਾਂ ਸਲਵਾਰ ਦੱਸੀ ਆ ਮੈਂ ਉਹਦੇ ਵਿੱਚ ਢਾਲ ਪਾਉਣਾ ਵੀ ਦੱਸਿਆ ਹੋਇਆ ਹੈ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਵੀ ਆਪਾਂ ਢਾਲ ਪਾ ਸਕਦੇ ਆ ਤੇ ਇਹ ਆਪਣੀ ਪੂਰੀ ਪੂਰੀ ਹੈਗੀ ਆ ਲਓ ਜੀ ਆਪਾਂ 3 ਇੰਚ ਤੇ ਨਿਸ਼ਾਨ ਲਗਾ ਲਿਆ ਤੁਸੀਂ ਜੇ ਢਾਲ ਪਾਉਣੀ ਹੈ ਤਾਂ ਰੱਖ ਸਕਦੇ ਹੋ ਵੱਧ ਜਿਵੇਂ 3 ਇੰਚ ਲਈ ਆ ਤਾਂ ਤੁਸੀਂ 32 ਰੱਖ ਸਕਦੇ ਹੋ 32 ਇੰਚ ਇਹਨਾਂ ਕੋ 2 ਇੰਚ ਦੀ ਘਾਟ ਢਾਲ ਪੈ ਜਾਂਦੀ ਹੈ ਵੀ ਮਤਲਬ ਪਿੱਛੇ ਤੋਂ ਸਲਵਾਰ ਨੀਚੇ ਨੂੰ ਡਿੱਗਦੀ ਰਹੇ ਤੇ ਜਿਹੜੀ ਮੂਰੀ ਹੈ ਮੂਰੀ ਤੋਂ ਸਲਵਾਰ ਜਿਹੜੀ ਹੈ ਉਹ ਉੱਪਰ ਚੱਕੀ ਰਹੇ ਕਈ ਵਾਰੀ ਮੂਰੀ ਟੱਕੀ ਜਾਂਦੀ ਹੈ ਆਪਣੀ ਨੀਵੀਂ ਸਲਵਾਰ ਹੋ ਜਾਂਦੀ ਹੈ ਤਾਂ ਮੂਰੀ ਦੇ ਉੱਤੇ ਕਪੜਾ ਡਿੱਗੀ ਜਾਂਦਾਗਾ ਉਹਦੀ ਫਿਰ ਢਾਲ ਪੈ ਜਾਂਦੀ ਹੈ ਹੁਣ ਆਪਾਂ ਇਹਨਾਂ ਜੀ ਆਪਣੀ ਜਿਹੜੀ ਲੰਬਾਈ ਲੈਂਥ ਹੈਗੀ 3 ਇੰਚ ਲਈ ਹੈਗੀ ਸਲਵਾਰ ਦੀ ਤੇ ਜਿਹੜਾ ਬਾਕੀ 5 ਇੰਚ ਉਹ ਆਪਣਾ ਅਸਨ ਦੇ ਵਿੱਚ ਮਰਜ ਹੋ ਜਾਊਗਾ 5 ਇੰਚ ਬਚ ਗਿਆ ਜੇ ਤੁਸੀਂ ਹੌਲੀ ਬਣਾਉਣੀ ਹੈ ਤਾਂ ਇਕੱਲੀ ਲੈਂਥ ਲੈ ਸਕਦੇ ਹੋ ਲੈਂਥ ਦੇ ਵਿੱਚੋਂ ਹੀ ਆਸਾ ਨਿਕਲਿਆ ਉਹਨਾਂ ਦਾ ਬਾਅਦ ਵਿੱਚ ਜਦੋਂ ਆਪਾਂ ਕੱਟਦੇ ਹਾਂ ਉਹਦੇ ਨਾਲ ਹੌਲੀ ਬਣ ਜਾਂਦੀ ਹੈ ਇਹਦੇ ਨਾਲ ਨੋਰਮਲ ਬਣੂਗੀ ਹੌਲੀ ਵੀ ਨਹੀਂ ਤੇ ਜ਼ਿਆਦਾ ਹੈਵੀ ਵੀ ਨਹੀਂ ਜੇ ਤੁਸੀਂ ਜ਼ਿਆਦਾ ਹੈਵੀ ਕਰਨਾ ਚਾਹਦੇ ਹੋ ਤਾਂ ਜਿੱਥੇ ਆਪਾਂ 5 ਇੰਚ ਐਕਸਟਰਾ ਕੱਪੜਾ ਲੈਂਦੇ ਤੁਸੀਂ 10 11 ਵੀ ਲੈ ਸਕਦੇ ਹੋ ਤੇ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਹੁਣ ਆਪਾਂ ਇੱਥੇ ਲਵਾਂਗੇ ਜੀ 2 ਇੰਚ ਇਮੋਰੀ ਦੇ ਵਿੱਚ ਐਡ ਹੋ ਜਾਊਗਾ ਆਪਾਂ 2 ਇੰਚ ਜਿਹੜੇ ਕੁੰਡੇ ਦੇ ਕੱਟ ਰਹੇ ਆ ਹੁਣ ਆਪਾਂ ਇਹਨਾਂ ਨੂੰ ਇੰਚੀ ਟੇਪ ਦੇ ਨਾਲ ਮਿਲਾ ਦਾਂਗੇ ਇਹ ਇਸ ਤਰ੍ਹਾਂ ਜਿਹੜੀ ਆਪਾਂ 10 ਇੰਚ ਆਸਣ ਲੈਣਾ ਮੈਂ ਉਹਦੇ ਬਾਰੇ ਦੱਸ ਰਹੀ ਹਾਂ ਜਿਵੇਂ ਆਪਾਂ ਨੇ ਮੰਨ ਲਓ ਵੀ 10 ਇੰਚ ਆਸਣ ਲੈ ਲਿਆ ਤਾਂ ਲੈਂਥ ਤੇ ਤਾਂ ਇਸੇ ਤਰ੍ਹਾਂ ਹੋ ਜਾਣਾ ਜਿਵੇਂ ਆਪਾਂ ਲੈਂਥ ਦੇ ਨਿਸ਼ਾਨ ਲਾਏ ਨੇ ਤੇ ਆ ਬਾਅਦ ਦੇ ਵਿੱਚ ਇਹ ਇਸ ਤਰ੍ਹਾਂ ਆਪਣੇ ਨਿਸ਼ਾਨ ਲੱਗ ਜਾਣ ਨੇ ਬਿਲਕੁਲ ਸਹੀ ਜੇ ਤੁਸੀਂ ਹੈਵੀ ਬਣਾਉਣਾ ਚਾਹੁੰਦੇ ਹੋ ਏ ਆਪਣੇ ਜਿਵੇਂ 5 ਇੰਚ ਰੱਖਿਆ ਜੇ ਤੁਸੋਂ ਥੋ 10 ਇੰਚ ਰੱਖਿਆ ਹੁੰਦਾ ਤਾਂ ਇਸ ਤਰ੍ਹਾਂ ਕੱਟੀ ਜਾਂਦੀ ਆ ਉਹ ਤੁਹਾਨੂੰ ਜੇ ਆਪਾਂ ਨੇ ਜਿਹੜੀ ਸਲਵਾਰ ਹੈਗੀ ਜੇ ਤੁਸੀਂ ਇਥੋਂ ਥੋੜੀ ਨੈਰੋ ਦੀ ਤਰ੍ਹਾਂ ਰੱਖਣੀ ਚਾਹੁੰਦੇ ਹੋ ਤਾਂ ਤੁਸੀਂ ਉੱਪਰ ਨੂੰ 11 ਇੰਚ 11 ਇੰਚ ਤੋਂ ਤੁਸੀਂ ਇੱਧਰ ਨੂੰ ਜਿੰਨਾ ਵੀ ਤੁਸੀਂ ਚਾਹੋ ਦੂਸਰੀ ਚੌੜੇ ਲੋਟ ਤੁਸੀਂ ਉਹਨਾਂ ਲੈ ਸਕਦੇ ਹੋ ਇੱਧਰ ਵੀ 11 ਇੰਚ ਲਾਉਣੇ ਵੈਸੇ ਲੈਣ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਇੱਕ ਪੀਸ ਕੱਟ ਲੈਪਾ ਉਹੀ ਆਪਾਂ ਉਹਦੇ ਤੇ ਰੱਖ ਲਾਂਗੇ ਮੂਸੋਂ ਨੂੰ ਦੱਸਿਆ ਵੀ ਉਧਰ ਵੀ ਲੱਗ ਜੂ ਉਸ ਤਰ੍ਹਾਂ ਹੁਣ ਜਿਵੇਂ ਆਪਾਂ 11 ਇੰਚ ਲਈ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਤੁਸੀਂ ਘੱਟ ਵੱਧ ਰੱਖਣਾ ਤੁਸੀਂ ਵੱਧ ਰੱਖਣਾ ਵੱਧ ਰੱਖ ਸਕਦੇ ਹੋ ਫੁੱਲ ਰੱਖਣਾ ਫੁੱਲ ਰੱਖ ਸਕਦੇ ਹੋ ਜਿੰਨਾ ਤੁਸੀਂ ਘੱਟ ਕਰਨਾ ਚਾਹੋ ਨੇ ਉਹਨਾਂ ਘੱਟ ਕਰ ਸਕਦੇ ਆ ਇਹ ਹੈਗਾ 18 ਇੰਚ ਇੱਥੋਂ ਆਪਾਂ 15 ਰੱਖਾਂਗੇ ਇਹਦਾ ਮੈਂ ਜ਼ਿਆਦਾ ਨਹੀਂ ਇਥੋਂ ਇਹਨੂੰ ਉਹ ਕਰਦੀ 3 ਇੰਚ ਘਟਾਉਂਗੀ ਤਾਂ 15 ਇੰਚ ਰੱਖੂਗਾ 11 ਇੰਚ ਦੀ ਲੰਬਾਈ ਦੇ ਉੱਤੇ 15 ਇੰਚ ਇੰਨਾ ਕ ਆਪਣਾ ਜਿਹੜਾ ਇਹ ਥੋੜਾ ਮਤਲਬ ਜ਼ਿਆਦਾ ਨੀਚੋਂ ਭਾਰੀ ਜੀ ਨਹੀਂ ਬਣੂਗੀ ਉੱਪਰੋਂ ਹੈਵੀ ਰਹੂਗੀ ਤੇ ਨੀਚੇ ਤੋਂ ਇਸ ਤਰ੍ਹਾਂ ਹੋ ਜੂਗੀ ਜੀ ਹੁਣ ਆਪਾਂ ਨੇ ਉੱਤੇ ਜਿੱਥੇ ਆਪਾਂ ਸਨ ਦਾ ਨਿਸ਼ਾਨ ਲਗਾਇਆ ਸੀ ਇਹ ਆਪਾਂ ਉਹਨੂੰ ਬਿਲਾ ਦਾਂਗੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕੱਟ ਲੈਣਾ ਜੇ ਮਤਲਬ ਜਿੱਥੇ ਆਪਣਾ 5 ਇੰਚ ਛੱਡਿਆ ਹੋਇਆ ਜੇ ਤੁਸੀਂ ਉੱਤੇ 10-10 ਸਾਰਜਾਂ ਦਾ ਸੇਮ ਆ ਹੀ ਕੱਟਿਆ ਜਾਊਗਾ ਜੇ ਤੁਸੀਂ ਮਤਲਬ 5 ਇੰਚ ਰੱਖਿਆ ਜਾਂ ਘੱਟ ਵੱਧ ਰੱਖਿਆ ਤਾਂ ਉਹਦੇ ਲਈ ਆਪਾਂ ਨੂੰ 10 ਇੰਚ ਜਿਹੜਾ ਆਸਣ ਆਪਣੀ ਉਹਦਾ ਨਾਪ ਲੈਣਾ ਪੈਣਾ ਕਿਉਂਕਿ ਆਪਾਂ ਨੂੰ ਆਸਣ ਜਿਹੜਾ 10 ਇੰਚ ਚਾਹੀਦਾ ਹੁਣ ਆਪਾਂ ਇੱਥੇ ਆਉਂਦਾ 10 ਇੰਚ ਆਪਣਾ ਇੱਥੇ ਆ ਰਿਹਾ ਆਪਾਂ ਨੇ ਇੱਥੇ ਇਸਾਨੇ ਰਾਰਣੀਆਂ ਆਪਾਂ ਇੱਥੋਂ ਮਿਲਾਵਾਂਗੇ ਹੁਣ ਆਪਾਂ ਉਹਨੂੰ ਸਿਉਣ ਦੇਖੋ ਇੱਥੋਂ ਤੋਂ ਜਿਹੜਾ ਆਪਣੀ ਪੱਟੀ ਲੈ ਕੇ ਇੱਥੋਂ ਤੋਂ ਨੂੰ ਆਪਾਂ ਇਧਰ ਨੂੰ ਮਿਲਾ ਦੇਣਾ ਇਹ ਸੋ ਨੂੰ ਦੋਵੇਂ ਤਰੀਕੇ ਨੇ ਸਲਵਾਰ ਦਾਸਤੀ ਜੇ ਥੋੜੇ ਕੋਲੇ ਆਸਣ ਪੂਰਾ ਉਧਰ ਸਿਰੇ ਤੇ ਤਾਂ ਤੁਸੀਂ ਜਿਵੇਂ ਪਹਿਲਾ ਨਿਸ਼ਾਨ ਲੱਗਿਆ ਉਵੇਂ ਰਹੂਗਾ ਤੇ ਜੇ ਤੂੰ ਤੁਹਾਡਾ ਰਸਤੇ ਚਾਕੇ ਮਤਲਬ ਆ ਆ ਕੇ ਹੁੰਦਾ 10 ਇੰਚ ਲੈ ਕੇ ਕੱਪੜੇ ਤੇ ਚਾਫ ਜਿੱਥੇ 10 ਇੰਚ ਤੁਹਾਡਾ ਆਸਣ ਹੁੰਦਾ ਤਾਂ ਉਥੋਂ ਤੁਸੀਂ ਨਿਸ਼ਾਨ ਲਾਉਣਾ ਇਹ ਇਹਦੇ ਨਾਲ ਮਿਲਾ ਦੇਣਾ ਲਓ ਜੀ ਦੇਖੋ ਸਲਵਾਰ ਜਿਹੜੀ ਹੈਗੀ ਕਿੰਨੀ ਪਿਆਰੀ ਜਿਹੜੀ ਨਿਸ਼ਾਨ ਲੱਗਾ ਕਿੰਨੀ ਵਧੀਆ ਸਲਵਾਰ ਬਣੂਗੀ ਇਹ ਹੁਣ ਆਪਾਂ ਇਹਨੂੰ ਕੱਟ ਲਾਂਗੇ ਇੱਕ ਪੀਸ ਆਪਾਂ ਕੱਟਿਆ ਹੈਗਾ ਦੂਸਰਾ ਪੀਸ ਆਪਾਂ ਜਿਹੜਾ ਕੱਟਣਾ ਆਪਾਂ ਇਹਨੂੰ ਇਸ ਪੀਸ ਨੂੰ ਦੇ ਉੱਪਰ ਰੱਖ ਲਾਂਗੇ ਤੇ ਕੱਟ ਲਾਂਗੇ ਬਿਲਕੁਲ ਇੱਕੋ ਜਿਹੜੇ ਪੀਸ ਨੇ ਬਣ ਕੇ ਤਿਆਰ ਹੋਣਗੇ ਇਹ ਕੰਨੀ ਜਿਹੜੀ ਹੈ ਮੈਂ ਰੱਖੀ ਹੋਈ ਆ ਕੱਪੜੇ ਤੇ ਖਿੱਚ ਨਹੀਂ ਪਉਂਦੀ ਤੇ ਜੇ ਕੋਈ ਕੰਨੀ ਆਪਾਂ ਨੂੰ ਲੱਗਦਾ ਵੀ ਕੱਪੜੇ ਨੂੰ ਖਿੱਚ ਪਾ ਰਹੀ ਆ ਕਈ ਕੰਨੀਆਂ ਕੀ ਹੁੰਦੀਆਂ ਨੇ ਜ਼ਿਆਦਾ ਖਿੱਚ ਲੈਂਦੀਆਂ ਨੇ ਕੱਪੜੇ ਨੂੰ ਤਾਂ ਤੁਸੀਂ ਉਹ ਕੰਨੇ ਨੂੰ ਉਤਾਰ ਵੀ ਸਕਦੇ ਹੋ ਪਹਿਲਾਂ ਇਸ ਕੰਨੀ ਦਾ ਇਹ ਵੀ ਫਾਇਦਾ ਵੀ ਜਦੋਂ ਆਪਾਂ ਓਵਰਲੌਕ ਕਰਦੇ ਜਿੱਥੇ ਕੰਨੀ ਹੁੰਦੀ ਹੈ ਫਿਰ ਉਹਨੂੰ ਓਵਰਲੌਕ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਜੇ ਸਲਾਈ ਦੇ ਵਿੱਚ ਹੀ ਕਰਦੀ ਹੈ ਤਾਂ ਮਤਲਬ ਉਹਨੂੰ ਕੱਟ ਦੋ ਦੇਖੋ ਇੰਨਾ ਕਪੜਾ ਬਚ ਰਿਹਾ ਇਹ ਆਪਾਂ ਗਰਮੇ ਲਈ ਕਿਸੇ ਵੀ ਕੰਮ ਲਈ ਜਿਹੜੀ ਓਰੇਬਲ ਕਪੜਾ ਜਿਹੜਾ ਆਪਣੇ ਕੋਲੇ ਆ ਗਿਆ ਇਹ ਇਹ ਇੰਨਾ ਕਪੜਾ ਜਿਹੜਾ ਇਹ ਆਪਣਾ ਸਲਵਾਰ ਦੇ ਵਿੱਚ ਹੀ ਰਹਿਣਾ ਸੀ ਥੋੜਾ ਥੋੜੀ ਜਿਹੀ ਨੈਰੋ ਸ਼ੇਪ ਦੇ ਨਾਲ ਆਪਣਾ ਜਿਹੜਾ ਕਪੜਾ ਉਤਰ ਜੂ ਇਹ ਨਾਲ ਹੀ ਆਪਣੀ ਸਲਵਾਰ ਦੀ ਜਿਹੜੀ ਸ਼ੇਪ ਹੈ ਬਹੁਤ ਵਧੀਆ ਆਊਗੀ ਤੇ ਇਹ ਜਿਹੜਾ ਰੇਵ ਕਪੜਾ ਆਪਣੇ ਘਰ ਮਾ ਬਣਾਉਣਾ ਕਿਸੇ ਹੋਰ ਬਾਤੋਂ ਦੇ ਵਿੱਚ ਲੈਣਾ ਤੁਸੀਂ ਲੈ ਸਕਦੇ ਹੋ ਕੋਈ ਡਿਜ਼ਾਈਨ ਵਗੈਰਾ ਕਰਨੀ ਹੈ ਲਓ ਜੀ ਇਸ ਤਰ੍ਹਾਂ ਕਰਕੇ ਜਿਹੜੀ ਸਲਵਾਰ ਆ ਆਪਣੀ ਕੱਟੀ ਗਈ ਹੁਣ ਇਹ ਜੇ ਰਹਿ ਗਏ ਇਹ ਆਪਣੇ ਆਜੂਗਾ ਜੀ ਬਾਤੋਂ ਚ ਕਮੀਜ਼ ਵਗੈਰਾ ਤੇ ਜਗ੍ਹਾਸ ਤੇ ਕੋਈ ਕਪੜਾ ਬਾਤੋਂ ਚ ਆਜੂ ਤੇ ਇਹ ਜਿਹੜਾ ਆਪਣਾ ਕਪੜਾ ਜਿਹੜਾ ਫੋਲਡਿੰਗ ਆਪਣੀ ਸਰਵਾਤ ਉਹ ਆਪਾਂ ਨੂੰ ਉੱਥੋਂ ਅਲੱਗ ਕਰ ਲਾਂਗੇ ਇਹ ਚਾਰੇ ਕੁੰਡੇ ਜਿਹੜੇ ਨੇ ਆਪਣੇ ਕੱਟ ਕੇ ਤਿਆਰ ਹੋ ਗਏ ਨੇ ਹੁਣ ਆਪਾਂ ਜਿਹੜੇ ਇਦੂ ਬਾਦ ਕਰਾਂਗੇ ਦੇ ਜਿਹੜੇ ਇਹ ਦੇਖੋ ਚਾਰੇ ਪੀਸ ਆ ਗਏ ਹੁਣ ਆਪਣੇ ਕੋਲੇ ਜਿਹੜਾ ਇਹ ਕਪੜਾ ਆਪਣੇ ਕੋਲੇ ਕਮੀਜ਼ ਦੇ ਨਾਲੋਂ ਉਤਰਿਆ ਸੀ ਇਹ ਕਪੜਾ ਇੱਕ ਪਾਸੇ ਕਮੀਜ਼ ਲਾ ਕੇ ਇਹ ਕਪੜਾ ਜਿਹੜਾ ਸਾਈਡ ਤੋਂ ਬਚਿਆ ਸੀ ਉਹਦੇ ਆਪਾਂ ਜਿਹੜੇ ਨੇ ਹੁਣ ਇਹ ਆਪਾਂ ਪਾਵਾਗੇ ਜਿੰਨੂੰ ਆਪਾਂ ਗੋਡੇ ਵੀ ਕਹਿ ਦਿੰਨੇ ਆ ਹੁਣ ਆਪਾਂ 30 ਇੰਚ ਜਿੰਨੀ ਆਪਣੀ ਕਮੀਜ਼ ਦੀ ਲੈਂਥ ਹੈ ਆ सॉरी ਸਲਵਾਰ ਦੀ ਉਹ ਨਾ ਪਤੀਂਚੇ ਲੰਬਾਈ ਦੇ ਹਿਸਾਬ ਨਾਲ ਆਪਾਂ ਇਹਦੇ ਤੋਂ ਲਾ ਲਾਂਗੇ ਕਪੜਾ ਪਹਿਲਾਂ ਆਪਾਂ ਇਸ ਤਰ੍ਹਾਂ ਫੋਲਡਿੰਗ ਕਰਕੇ ਦੇਖਦੇ ਆਂ ਵੀ ਪੂਰਾ ਆਉਂਦਾ ਜਿੰਨਾ ਆਪਾਂ ਨੂੰ ਕਪੜਾ ਚਾਹੀਦਾ ਤਾਂ ਕਿ ਫਿਰ ਦੂਸਰਾ ਕਪੜਾ ਵੇਸ ਨਾ ਹੋਵੇ ਕੰਮ ਆ ਜਵੇ ਆਪਾਂ ਨੂੰ ਚਾਹੀਦਾ ਹੈ ਮੂਰੀ ਦੇ ਹਿਸਾਬ ਨਾਲ 13 ਇੰਚ ਇਹ ਹੈ ਨਾ 11 ਇੰਚ ਕੱਟਾ ਇਸ ਲਈ ਆਪਾਂ ਨੂੰ ਇਧਰੋਂ ਡਬਲ ਫੋਲਡ ਕਰਨਾ ਪੈਣਾ ਲੰਬਾਈ ਦੀ ਤਰ੍ਹਾਂ ਹੁਣ ਆਪਾਂ 3 ਇੰਚ ਜਿਹੜੀ ਲੈਂਥ ਹੈ ਜੀ ਲਾ ਲੈਣੀ ਹੈ ਆਪਾਂ ਨੂੰ ਚਾਹੀਦਾ 13 ਇੰਚ ਕਪੜਾ ਬਾਕੀ ਆਪਾਂ ਨੇ ਛੱਡ ਦੇਣਾ ਆ ਕਿਉਂਕਿ ਬਾਕੀ ਜਿਹੜਾ ਆਪਣੀ 벨ਟ ਬਣਾਉਣ ਦੇ ਕੰਮ ਆਊਗਾ ਲਓ ਇਸ ਤਰ੍ਹਾਂ ਕਰਕੇ ਆਪਣਾ ਜਿਹੜਾ ਫੋਲਡਿੰਗ ਕਰਕੇ ਤੁਸੀਂ ਕਪੜਾ ਕੱਟ ਸਕਦੇ ਜਿੰਨੀ ਲੈਂਥ ਆਪਾਂ ਜਿੰਨੀ ਆਪਾਂ ਨੂੰ ਬਰਥ ਚਾਹੀਦੀ ਹੈ ਪੂਰੀ ਆਪਣੀ 13 ਇੰਚ ਕਿਉਂਕਿ ਆਪਣੀ 6.5 ਮੂਰੀ ਹੋਏ 6.5 ਮੂਰੀ ਜਿੰਨਾ ਆਪਣਾ ਪੂਰਾ ਰੱਖਿਆ ਆਪਾਂ ਨੇ ਤੇ ਦੂਸਰਾ ਸਲਵਾਰ ਦੇ ਵਿੱਚ ਵੀ ਆੜਾ ਹੈਗੀ ਨਾ ਮੂਰੀ ਦੇ ਵਿੱਚ ਫਿਰ ਉਹ ਜਿਹੜਾ ਬਾਦਾ ਕੱਟਾ ਹੈ ਉਹਦੇ ਵਿੱਚ ਪੂਰਾ ਹੋ ਜਾਣਾ ਜਿਹੜੀ ਸਟੀਚਿੰਗ ਆਉਗੀ ਮਾਰਜਨ ਜਿਹੜਾ ਵਾਧੂ ਚਾਹੀਦਾ ਉਹਦੇ ਨਾਲ ਆਪਣਾ ਪੂਰਾ ਆ ਜਾਣਾ आप लाँगे जी बेल्ट बैल्ट अपनी हैगी जी सत इंच लेंथ आप लिया है पच्ची इंच ये बन के बेल्ट बिल्कुल तैयार है जी ਇਹ 벨ਟ ਹੋਗੀ ਇਹ ਆਪਣੇ ਜਿਹੜੀ ਚਲਵਾਰ ਆ ਉਹਦੇ ਚਾਰੇ ਕੁੰਦੇ ਹੋਗੇ ਇਹ ਆਪਣੇ ਜਿਹੜੇ ਨੇ ਦੋ ਨਾਲ ਆਪਾਂ ਗੋਡੇ ਵੀ ਕਹਿ ਦਿੰਨੇ ਐ ਇਹਨੂੰ ਇਹ ਆਪਣੇ ਗੋਡੇ ਹੋਗੇ ਇਸ ਤਰ੍ਹਾਂ ਕਰਕੇ ਇਹ ਲਓ ਜੀ ਆਪਣੀ ਸਲਵਾਰ ਦੀ ਜਿਹੜੀ ਕਟਿੰਗ ਆ ਪੂਰੀ ਤਰ੍ਹਾਂ ਹੋ ਚੁੱਕੀ ਆ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਸਟਿਚ ਕਰੀ ਜਾਂਦੀ ਆ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜਿੰਨਾ ਮੇਰਾ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਜਿਹੜੀ ਹੈਗੀ ਆ ਉਸੇ ਟਾਈਮ ਪਹੁੰਚ ਸਕੇ ਤੇ ਤੁਸੀਂ ਵੀਡੀਓ ਦਾ ਪੂਰੀ ਤਰ੍ਹਾਂ ਨਾਲ ਲਾਹਾ ਲੈ ਸਕੋ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਦੀ ਸਟਿਚਿੰਗ ਦਿਖਾਵਾਂਗੇ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਤ ਸ੍ਰੀ ਅਕਾਲ